SSP ਸਾਹਿਬ, ਬਾਕੀ ਗਜਰ ਅਫਸਰ ਸਾਹਿਬਾਨ, ਐਸਏ ਮੈਂਬਰ ਸਾਹਿਬਾਨ, ਬਾਕੀ ਸਾਡੇ ਗੈਸਟ ਅਤੇ ਪਲੇਅਰ ਸਾਰੇ, ਇਹ ਪੰਜਾਬ ਸਰਕਾਰ ਦੀ ਨੀਤੀ ਦੇ ਅਨੁਸਾਰ ਡੀ ਜੀ ਸਾਹਿਬ ਦੀ ਕੰਟਰੀਬਿਊਸ਼ਨ ਦੇ ਨਾਲ ਇਹ ਕਰਵਾਇਆ ਗਿਆ 3 ਦਿਨ ਦੀ ਬਠਿੰਡਾ ਕ੍ਰਿਕਟ ਲੀਗ, ਜਿਹਦੇ 'ਚ SSP ਬਠਿੰਡਾ ਅਤੇ ਇਹਨਾਂ ਦੇ ਆਫਿਸਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਇਹਨਾਂ ਨੇ ਪ੍ਰੋਜੈਕਟ ਕਨਸੀਵ ਕੀਤਾ, ਪਲਾਨ ਬਣਾਈ, ਫਿਰ ਇਹਨੂੰ ਐਗਜੀਕਿਊਟ ਕੀਤਾ। ਆਈ ਥਿੰਕ ਦੇ ਡਿਜ਼ਰਵ ਐਨ ਐਨ ਅਪਰੋਗਰੇਸ਼ਨ ਫਰੋਮ ਆਲ ਆਫ ਯੂ। ਇਹਨਾਂ ਸਾਰਿਆਂ ਲਈ ਤਾੜੀਆਂ ਵਾਲੇ, ਇਹਨਾਂ ਅਫਸਰਾਂ ਲਈ ਜਿਹਨਾਂ ਨੇ ਪਬਲਿਕ ਨੂੰ ਅਤੇ ਪੁਲਿਸ ਨੂੰ ਇੱਕੋ ਪਲੇਟਫਾਰਮ 'ਤੇ ਇਕੱਠੇ ਕਰਕੇ ਨਸ਼ਿਆਂ ਦੇ ਖਿਲਾਫ ਜਿਹੜੀ ਛੇੜੀ ਹੈ ਮੁਹਿੰਮ, ਇਹਨੂੰ ਆਪਾਂ ਸਾਰੇ ਸਫਲ ਬਣਾਈਏ। ਇੰਨਾ ਅਸੀਂ ਵੀ ਇਮੈਜਿਨ ਨਹੀਂ ਸੀ ਕਰ ਸਕਦੇ ਕਿ ਇੰਨਾ ਜ਼ਿਆਦਾ ਵਧੀਆ ਰਿਸਪੋਂਸ ਹੋਏਗਾ ਕ੍ਰਿਕਟ ਦੇ ਲਈ। ਪਿੰਡਾਂ ਦੇ ਵਿੱਚੋਂ ਬਹੁਤ ਟੀਮਾਂ ਆਈਆਂ, ਨੰਬਰ ਟੀਮਾਂ ਦਾ ਜ਼ਿਆਦਾ ਸੀ, ਫਿਰ ਲੋਟਰੀ ਕੱਢਣੀ ਪਈ ਕਿ ਕਿਹੜੀਆਂ ਟੀਮਾਂ ਖੇਡ ਸਕਦੀਆਂ, ਬਿਕੋਜ਼ ਆਫ ਦਾ ਲਿਮਿਟਡ ਫਾਰਮੈਟ ਐਂਡ ਲਿਮਿਟਡ ਟਾਈਮ ਐਟ ਆਰ ਡਿਸਪੋਜ਼ਲ। ਤੋ ਬਹੁਤ, ਮੈਂ ਪਹਿਲਾਂ ਵੀ ਮੈਚ ਦੇਖਿਆ ਸੀ ਓਪਨਿੰਗ ਵਾਲਾ ਅਤੇ ਅੱਜ ਵੀ ਦੇਖਿਆ, ਬਹੁਤ ਕੰਪੀਟੀਟਿਵ ਕ੍ਰਿਕਟ ਖੇਡੀ ਜਾਂਦੀ ਹੈ। ਐਂਡ ਰਿਜ਼ਲਟ ਸਾਡਾ ਇਹੋ ਹੀ ਹੈ, ਓਬਜੈਕਟਿਵ ਸਾਡਾ ਸਾਰਿਆਂ ਦਾ ਅਲੱਗ ਹੀ ਹੈ ਕਿ ਅਸੀਂ ਤੁਹਾਤੋਂ ਅਲੱਗ ਨਹੀਂ, ਤੁਸੀਂ ਸਾਤੋਂ ਅਲੱਗ ਨਹੀਂ। ਇਹ ਜਿਹੜੇ ਵਰਦੀ ਦੇ ਵਿੱਚ ਤੁਹਾਨੂੰ ਸਾਰੇ ਅਫਸਰ ਜਾਂ ਮੁਲਾਜ਼ਮ ਦਿਖਾਈ ਦੇ ਰਹੇ ਨੇ, ਤੁਹਾਡੇ ਭੈਣ ਭਰਾਈ ਨੇ, ਬਾਹਰੋਂ ਨਹੀਂ ਕਿਤੇ ਆਏ ਹੋਏ। ਇੱਕ ਤਾਂ ਡਿਸਟ੍ਰਿਕਟ ਦਾ ਫਰਕ ਹੋ ਸਕਦਾ, ਲੇਕਿਨ ਤੁਹਾਡੇ ਘਰਾਂ 'ਚੋਂ ਉੱਠ ਕੇ ਆਏ ਨੇ। ਇਸੇ ਤਰ੍ਹਾਂ ਤੁਸੀਂ ਸਾਰੇ ਸਾਡੇ ਭੈਣ ਭਰਾ ਹੀ ਹੋ, ਕੋਈ ਬਾਹਰੋਂ ਨਹੀਂ ਹੈ। ਇਟ ਇਜ਼ ਏ ਕਲੈਕਟਿਵ ਚੈਲੰਜ ਟੂ ਦਾ ਪਾਪੂਲੇਸ਼ਨ ਆਫ ਪੰਜਾਬ। ਆਓ ਸਾਰੇ ਰਲ ਕੇ ਇਸ ਨਸ਼ੇ ਨੂੰ ਖਤਮ ਕਰੀਏ। ਇਹ ਜਿਹੜਾ ਤੁਹਾਡਾ ਟੈਲੈਂਟ ਹੈ, ਇਹਨੂੰ ਪੋਜ਼ਿਟਿਵ ਡਾਇਰੈਕਸ਼ਨ ਦੇ ਵਿੱਚ ਲਾਈਏ, ਚੰਗੀ ਡਾਇਰੈਕਸ਼ਨ ਦੇ ਵਿੱਚ ਲਾਈਏ, ਨਾ ਕਿ ਨੈਗੇਟਿਵ ਡਾਇਰੈਕਸ਼ਨ ਦੇ ਵਿੱਚ ਲਾਈਏ। ਇਸ ਕਰਕੇ ਇਹ ਜਿਹੜਾ ਮੁਹਿੰਮ SSP ਸਾਹਿਬ ਨੇ ਸ਼ੁਰੂ ਕੀਤੀ ਹੈ, ਪੁਲਿਸ ਨੇ ਸ਼ੁਰੂ ਕੀਤੀ ਹੈ, ਇਹਨੂੰ ਕੰਟੀਨਿਊ ਇਸੇ ਤਰ੍ਹਾਂ ਹੀ ਕਰਿਓ, ਇਸੇ ਤਰ੍ਹਾਂ ਹੀ ਖੇਡਦੇ ਰਹੋ, ਹੋਰ ਬੰਦਿਆਂ ਨੂੰ ਮੋਟੀਵੇਟ ਕਰਦੇ ਰਹੋ। ਅਸੀਂ ਵੀ ਸਰਕਾਰ ਦੀ ਤਰਫੋਂ ਕੋਸ਼ਿਸ਼ ਕਰਾਂਗੇ ਇੱਦਾਂ ਇਹੋ ਜਿਹਾ ਕੰਪੀਟੀਸ਼ਨ ਫਿਰ ਰਿਪੀਟ ਕਰੀਏ, ਤੁਹਾਨੂੰ ਫਿਰ ਬੁਲਾਈਏ, ਤੁਹਾਡੇ ਨਾਲ ਫਿਰ ਸਾਂਝ ਪਾਈਏ। ਇਹ ਸਿਸਟਮ ਚੱਲਦਾ ਰਹੇ ਆਪਣਾ, ਟਿਲ ਅਸੀਂ ਪੰਜਾਬ ਦੇ ਵਿੱਚੋਂ ਸਾਰੇ ਨਸ਼ੇ ਖਤਮ ਕਰ ਦਈਏ। ਥੈਂਕ ਯੂ ਸੋ ਮਚ SSP ਸਾਹਿਬ ਦੇ ਨਾਲ ਟੀਮ ਨੂੰ ਮੈਂ ਵਧਾਈ ਦਿੰਦਾ ਕਿ ਬਹੁਤ ਸਕਸੈਸਫੁਲ ਇਹਨਾਂ ਨੇ ਇਹਨੂੰ ਕੋਆਰਡੀਨੇਟ ਕੀਤਾ। ਮੀਡੀਆ ਨੇ ਬਹੁਤ ਅੱਛਾ ਕਵਰ ਕੀਤਾ, ਲਾਈਵ ਵੀ ਕਵਰ ਕਰਦੇ ਰਹੇ ਨੇ, ਬਾਕੀ ਪਰਫੋਰਮ ਦੇ ਸਚਿਨ ਜਿੰਨੇ ਵੀ ਆਏ ਨੇ, ਰਾਈਟ ਫਰੋਮ ਦਾ ਗਾਏ ਜਿਹਨੇ ਗਰਾਊਂਡ ਠੀਕ ਕੀਤੀ ਹੈ, ਉਹ ਤੋਂ ਲੈ ਕੇ ਜਿਹੜੇ ਬੰਦਾ ਆਪਣਾ ਡਰਗ ਛੱਡ ਚੁੱਕਾ ਉਹਨੇ ਆ ਕੇ ਲੈਕਚਰ ਦਿੱਤੇ ਹੈ। ਆ ਜਿਹੜੀ ਨਾਟਕ ਮੰਡਲੀ, ਇਹਨਾਂ ਨੇ ਲੋਕਾਂ ਨੂੰ ਦੱਸਿਆ ਇਹਨਾਂ ਨਸ਼ਿਆਂ ਦਾ ਕੀ ਨੁਕਸਾਨ ਹੈ, ਸਾਡੇ ਅਫਸਰ ਸਾਹਿਬਾਨ ਵੀ ਗਾਈਡ ਕਰਦੇ ਰਹੇ ਨੇ, ਅਲੋਂਗ ਵਿਦ ਦੇ ਡਿਊਟੀਜ਼ ਐਂਡ ਆਲ ਦੈਟ ਦੇ ਹੈਵ ਕੰਟਰੀਬਿਊਟਡ ਟੂ ਦ ਸਪੋਰਟਸ ਅਰੀਨਾ ਆਲਸੋ। ਸੋ ਥੈਂਕ ਯੂ ਵੈਰੀ ਮੱਚ, ਮਿਹਰਬਾਨੀ ਤੁਹਾਡੀ ਸਾਰਿਆਂ ਦੀ, ਫਿਰ ਮਿਲਦੇ ਰਹੀਏ। ਥੈਂਕ ਯੂ ਸਰ। ਮਾਨਯੋਗ ADGP ਸਰ ਦਾ ਮੈਂ ਤਹਿ ਦਿਲੋਂ ਪਹਿਲਾਂ ਸ਼ੁਕਰੀਆ ਕਰਨਾ ਚਾਹੁੰਦਾ, ਇਹਨਾਂ ਨੇ ਸਾਡੇ ਨਾਲ ਉਦਘਾਟਨ ਦੇ ਵਿੱਚ ਸਰ ਨੇ ਸ਼ਰੀਕ ਹੋ ਕੇ ਮੈਚ ਨੂੰ ਦੇਖ ਕੇ, ਤੇ ਅੱਜ ਵੀ ਸਾਡੇ ਫਾਈਨਲ ਜਿਹੜਾ ਮੈਚ ਹੈਗਾ ਉਹਦੇ ਵਿੱਚ ਸ਼ਰੀਕ ਹੋ ਕੇ, ਤੇ ਆਪਣੀ ਰਹਿਨੁਮਾਈ ਹੇਠ ਸਾਡਾ ਪ੍ਰੋਗਰਾਮ ਕਰਾਇਆ, ਤੇ ਇਸ ਲਈ ਸਰ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਸਾਨੂੰ ਇਹ ਇੱਜ਼ਤ ਨਵਾਜ਼ੀ ਕਿ ਤੁਸੀਂ ਸਾਡੇ ਵਿੱਚ ਆ ਕੇ ਤੇ ਇਸ ਇਵੈਂਟ ਨੂੰ ਇੰਨਾ ਮਾਣ ਬਖਸ਼ਿਆ ਸਾਨੂੰ ਸਾਰਿਆਂ ਨੂੰ, ਤੇ ਇੰਨਾ ਸਕਸੈਸਫੁਲ ਬਣਾਉਣ ਦੇ ਵਿੱਚ ਸਰ ਦਾ ਸਭ ਤੋਂ ਇੰਪੋਰਟੈਂਟ ਯੋਗਦਾਨ ਹੈ। ਸਰ ਨੇ ਸਾਰਿਆਂ ਨੂੰ ਅਪਰੀਸ਼ੀਏਟ ਆਲਰੇਡੀ ਕਰਤਾ, ਤੋ ਐਟ ਦੀ ਕੋਸਟ ਆਫ ਪ੍ਰਾਈਵੇਟੀ ਬਸ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜੀ ਟੀਮਾਂ ਦੇ ਨਾਲ ਆਪਣੀ ਅੱਜ ਸਾਂਝ ਪਈ ਹੈ, ਜਿਹਨਾਂ ਨੂੰ ਅਸੀਂ ਜੋੜਿਆ, ਇਹ ਕੋਈ ਦੇਖੋ ਇਹ ਐਂਡ ਨਹੀਂ ਹੈ, ਇਹ ਬਿਗਨਿੰਗ ਹੈਗੀ ਹੈ। ਆਪਾਂ ਜਿੱਥੇ ਇਕੱਠੇ ਹੋਏ ਹਾਂ ਇਹ ਚੀਜ਼ ਕ੍ਰਿਕਟ ਤੇ ਖਤਮ ਨਹੀਂ ਹੋਣੀ, ਆਪਣੀ ਜਿਹੜੀ ਸਾਂਝ ਹੈਗੀ ਹੈ ਇਹਨੂੰ ਆਪਾਂ ਜਿਹੜਾ ਆਪਾਂ ਨਾਰਾ ਆਪਣੀ ਟੀ ਸ਼ਰਟਾਂ ਤੇ ਲਾਈ ਫਿਰਦੇ ਨਸ਼ਾ ਮੁਕਤ ਪੰਜਾਬ ਦਾ, ਇਹ ਆਪਣਾ ਅਸਲ ਮਕਸਦ ਹੈਗਾ। ਤੇ ਤੁਸੀਂ ਸਾਡੇ ਨਾਲ ਜੁੜ ਕੇ ਰਹਿਣਾ ਹੈ, ਪਿੰਡਾਂ ਦੇ ਵਿੱਚ ਜੋ ਨਸ਼ਾ ਵੇਚਦਾ ਹੈ, ਸ਼ਹਿਰਾਂ ਦੇ ਵਿੱਚ ਨਸ਼ਾ ਵੇਚਦਾ ਹੈ, ਉਹਦੇ ਬਾਰੇ ਸਾਨੂੰ ਦੱਸਣਾ ਹੈ, ਸਾਡੇ ਤੋਂ ਉਹਨਾਂ ਦੇ ਖਿਲਾਫ ਐਕਸ਼ਨ ਕਰਾਉਣਾ ਹੈ, ਤੇ ਇਹ ਜਿਹੜੀ ਆਪਣੀ ਸਾਂਝ ਹੈ ਉਸ ਦਿਨ ਮੁਕੰਮਲ ਹੋਏਗੀ, ਜਿਸ ਦਿਨ ਆਪਾਂ ਆਪਣਾ ਜਿਹੜਾ ਸੁਪਨਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ, ਉਹਦੇ ਵਿੱਚ ਵਾਕਈ ਕਾਮਯਾਬ ਹੋ ਜਾਣਗੇ। ਤੇ ਅਗਲੀ ਗੱਲ ਮੈਂ ਹੁਣ ADGP ਸਰ ਨੂੰ ਤੇ ਆਪਣੇ ਅੱਜ ਸਾਡਾ ਇਹ ਸਰ ਦਾ ADGP ਸਰ ਦਾ ਤੇ ਸਾਡਾ ਇਹ ਡਿਸੀਜਨ ਸੀਗਾ ਕਿ
ਜਿਹੜੀ ਅਵਾਰਡ ਸੈਰੇਮਨੀ ਹੈਗੀ ਹੈ ਉਹਦੇ ਵਿੱਚ ਜਿਹੜੇ ਵੀ ਆਪਣੇ ਮੋਹਤਬਾਰ ਵਿਅਕਤੀ ਹੈਗੇ, ਜਿਵੇਂ ਸ਼ਹਿਰ ਦੇ ਨਾਮੀ ਗ੍ਰਾਮੀ, ਆਪਣੇ ਜ਼ਿਲ੍ਹੇ ਦੇ ਡਾਕਟਰ ਸਾਹਿਬਾਨ ਹੈਗੇ, ਆਪਣੇ ਪਿੰਡਾਂ ਦੇ ਬਜ਼ੁਰਗ ਹੈਗੇ, ਇਹੋ ਜਿਹੇ ਵਿਅਕਤੀ ਹੈਗੇ ਜਿਨ੍ਹਾਂ ਨੇ ਨਸ਼ਾ ਛੱਡਿਆ, ਜਿਹੜੇ ਯੂਥ ਦੇ ਲਈ ਇੱਕ ਆਈਕਨ ਦਾ ਕੰਮ ਕਰ ਸਕਦੇ ਹੈ, ਅਸੀਂ ਅੱਜ ਉਹਨਾਂ ਤੋਂ ਆਪਣੀ ਜੇਤੂ ਟੀਮਾਂ ਨੂੰ ਪ੍ਰਾਈਜ਼ ਦਿਵਾਵਾਂਗੇ। ਤੇ ਮੈਂ ਸਾਨੂੰ ਰਿਕੁਐਸਟ ਕਰਦਾ ਕਿ ਸਾਨੂੰ ਇਸ ਚੀਜ਼ ਦੀ ਪਰਮਿਸ਼ਨ ਦੇਣ ਕਿ ਅਸੀਂ ਪ੍ਰੋਗਰਾਮ ਅੱਗੇ ਸ਼ੁਰੂ ਕਰੀਏ। ਥੈਂਕ ਯੂ ਸਰ। ਸਮੁੱਚੀ ਬਠਿੰਡਾ ਪੁਲਿਸ ਦੀ ਟੀਮ ਵੱਲੋਂ ਆਏ ਹੋਏ ਸੱਜਣਾਂ ਦਾ, ਮੀਡੀਆ ਦੇ, ਸਾਡੇ ਮਾਣਯੋਗ ਪੱਤਰਕਾਰਾਂ ਦਾ, ਪਬਲਿਕ ਦਾ, ਛੋਟੇ ਬੱਚਿਆਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਉਮੀਦ ਕਰਦਾ ਵੀ ਜਦੋਂ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਉਪਰਾਲਾ ਆਉਣ ਵਾਲੇ ਸਮੇਂ 'ਚ ਕਰਾਂਗੇ ਤੇ ਤੁਸੀਂ ਸਾਨੂੰ ਏਦਾਂ ਹੀ ਸਹਿਯੋਗ ਦਿਓਗੇ ਤੇ ਵੱਧ ਚੜ੍ਹ ਕੇ ਹਿੱਸਾ ਲਓਗੇ। ਥੈਂਕ ਯੂ। ਜੈ ਹਿੰਦ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।